ਚਲਦੀ ਟ੍ਰੇਨ 'ਚੋਂ ਡਿੱਗ ਕੇ 2.5 ਸਾਲ ਦੇ ਬੱਚੇ ਦੀ ਹੋਈ ਮੌਤ। ਟ੍ਰੇਨ ਦੀ ਐਮਰਜੈਂਸੀ ਖਿੜਕੀ 'ਚੋਂ ਡਿੱਗਿਆ ਬਾਹਰ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਚਲਦੀ ਟ੍ਰੇਨ 'ਚੋਂ 1.5 ਸਾਲ ਦੇ ਬੱਚੇ ਦੀ ਬਾਹਰ ਡਿੱਗ ਕੇ ਮੌਤ ਹੋ ਜਾਂਦੀ ਹੈ, ਜਿੱਥੇ ਬੱਚੇ ਸਮੇਤ ਪਰਿਵਾਰ ਵੈਸ਼ਨੋ ਦੇਵੀ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ। ਪਰ ਇਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਵੱਡਾ ਭਾਣਾ ਵਰਤ ਜਾਣਾ ਹੈ। ਦੱਸ ਦਈਏ ਕਿ ਘਟਨਾ ਸੰਗਰੂਰ ਦੀ ਹੈ, ਜਿੱਥੇ ਪਰਿਵਾਰ ਆਗਰਾ ਦਾ ਰਹਿਣ ਵਾਲਾ ਹੈ। ਤਾਂ ਪਰਿਵਾਰ ਟ੍ਰੇਨ 'ਚ ਸਵਾਰ ਹੋ ਕੇ ਵੈਸ਼ਨੋ ਦੇਵੀ ਤੋਂ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ। ਤਾਂ ਇਹ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਇੱਕ ਐਮਰਜੈਂਸੀ ਖਿੜਕੀ ਦੇ ਕੋਲ ਬੈਠਾ ਸੀ। ਤਾਂ ਅਚਾਨਕ ਬੱਚਾ ਖਿੜਕੀ ਦੇ ਕੋਲ ਖੜ੍ਹਾ ਹੋ ਗਿਆ ਅਤੇ ਇਹ ਚੱਲਦੀ ਟ੍ਰੇਨ ਤੋਂ ਬਾਹਰ ਡਿੱਗ ਜਾਂਦਾ, ਜਿਸ 'ਤੇ ਉਸਦੇ ਪਿਤਾ ਦੇ ਵੱਲੋਂ ਟ੍ਰੇਨ ਦੀ ਚੇਨ ਖਿੱਚ ਕੇ ਰੋਕਿਆ ਜਾਂਦਾ ਹੈ। ਅਤੇ ਫਿਰ ਇਸ ਬੱਚੇ ਨੂੰ ਜਦ ਜਾ ਕੇ ਵੇਖਿਆ ਗਿਆ ਤਾਂ ਉਸਦੀ ਮੌਤ ਹੋ ਗਈ ਸੀ। ਤਾਂ ਦੱਸ ਦਈਏ ਕਿ ਪਰਿਵਾਰ ਵਾਲੇ ਮਾਤਾ ਵੈਸ਼ਨੋ ਦੇਵੀ ਮੱਥਾ ਟੇਕ ਕੇ ਆਪਣੇ ਘਰ ਵਾਪਿਸ ਆ ਰਹੇ ਸੀ। ਤਾਂ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਵੱਡਾ ਭਾਣਾ ਵਰਤ ਜਾਂਦਾ, ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਬੱਚੇ ਦਾ ਨਾਮ ਸ਼ੁਭ ਰਾਵਤ, ਉਮਰ ਕਰੀਬ 2.5 ਸਾਲ ਦੱਸੀ ਜਾ ਰਹੀ ਹੈ। ਤਾਂ ਆਪਣੇ ਗੁਆਂਢੀਆਂ ਦੇ ਨਾਲ ਮਿਲ ਕੇ ਇਹ ਮਾਤਾ ਵੈਸ਼ਨੋ ਦੇਵੀ ਦਰਸ਼ਨ ਕਰਨ ਗਏ ਸੀ। ਤਾਂ ਇਸੇ ਦੌਰਾਨ ਇਸ ਬੱਚੇ ਦੇ ਨਾਲ ਹਾਦਸਾ ਵਾਪਰ ਗਿਆ। ਤਾਂ ਸੰਗਰੂਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਪਰਿਵਾਰ ਆਗਰੇ ਦਾ ਸੀ ਅਤੇ ਵੈਸ਼ਨੋ ਦੇਵੀ ਮਾਤਾ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ। ਤਾਂ 2.5 ਸਾਲ ਦਾ ਇਹ ਬੱਚਾ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਚਲਦੀ ਟ੍ਰੇਨ 'ਚੋਂ ਡਿੱਗ ਕੇ 2.5 ਸਾਲ ਦੇ ਬੱਚੇ ਦੀ ਹੋਈ ਮੌਤ। ਟ੍ਰੇਨ ਦੀ ਐਮਰਜੈਂਸੀ ਖਿੜਕੀ 'ਚੋਂ ਡਿੱਗਿਆ ਬਾਹਰ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਚਲਦੀ ਟ੍ਰੇਨ 'ਚੋਂ 1.5 ਸਾਲ ਦੇ ਬੱਚੇ ਦੀ ਬਾਹਰ ਡਿੱਗ ਕੇ ਮੌਤ ਹੋ ਜਾਂਦੀ ਹੈ, ਜਿੱਥੇ ਬੱਚੇ ਸਮੇਤ ਪਰਿਵਾਰ ਵੈਸ਼ਨੋ ਦੇਵੀ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ। ਪਰ ਇਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਵੱਡਾ ਭਾਣਾ ਵਰਤ ਜਾਣਾ ਹੈ। ਦੱਸ ਦਈਏ ਕਿ ਘਟਨਾ ਸੰਗਰੂਰ ਦੀ ਹੈ, ਜਿੱਥੇ ਪਰਿਵਾਰ ਆਗਰਾ ਦਾ ਰਹਿਣ ਵਾਲਾ ਹੈ। ਤਾਂ ਪਰਿਵਾਰ ਟ੍ਰੇਨ 'ਚ ਸਵਾਰ ਹੋ ਕੇ ਵੈਸ਼ਨੋ ਦੇਵੀ ਤੋਂ ਮੱਥਾ ਟੇਕ ਕੇ ਵਾਪਿਸ ਆ ਰਿਹਾ ਸੀ। ਤਾਂ ਇਹ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਇੱਕ ਐਮਰਜੈਂਸੀ ਖਿੜਕੀ ਦੇ ਕੋਲ ਬੈਠਾ ਸੀ। ਤਾਂ ਅਚਾਨਕ ਬੱਚਾ ਖਿੜਕੀ ਦੇ ਕੋਲ ਖੜ੍ਹਾ ਹੋ ਗਿਆ ਅਤੇ ਇਹ ਚੱਲਦੀ ਟ੍ਰੇਨ ਤੋਂ ਬਾਹਰ ਡਿੱਗ ਜਾਂਦਾ, ਜਿਸ 'ਤੇ ਉਸਦੇ ਪਿਤਾ ਦੇ ਵੱਲੋਂ ਟ੍ਰੇਨ ਦੀ ਚੇਨ ਖਿੱਚ ਕੇ ਰੋਕਿਆ ਜਾਂਦਾ ਹੈ। ਅਤੇ ਫਿਰ ਇਸ ਬੱਚੇ ਨੂੰ ਜਦ ਜਾ ਕੇ ਵੇਖਿਆ ਗਿਆ ਤਾਂ ਉਸਦੀ ਮੌਤ ਹੋ ਗਈ ਸੀ। ਤਾਂ ਦੱਸ ਦਈਏ ਕਿ ਪਰਿਵਾਰ ਵਾਲੇ ਮਾਤਾ ਵੈਸ਼ਨੋ ਦੇਵੀ ਮੱਥਾ ਟੇਕ ਕੇ ਆਪਣੇ ਘਰ ਵਾਪਿਸ ਆ ਰਹੇ ਸੀ। ਤਾਂ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਵੱਡਾ ਭਾਣਾ ਵਰਤ ਜਾਂਦਾ, ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਬੱਚੇ ਦਾ ਨਾਮ ਸ਼ੁਭ ਰਾਵਤ, ਉਮਰ ਕਰੀਬ 2.5 ਸਾਲ ਦੱਸੀ ਜਾ ਰਹੀ ਹੈ। ਤਾਂ ਆਪਣੇ ਗੁਆਂਢੀਆਂ ਦੇ ਨਾਲ ਮਿਲ ਕੇ ਇਹ ਮਾਤਾ ਵੈਸ਼ਨੋ ਦੇਵੀ ਦਰਸ਼ਨ ਕਰਨ ਗਏ ਸੀ। ਤਾਂ ਇਸੇ ਦੌਰਾਨ ਇਸ ਬੱਚੇ ਦੇ ਨਾਲ ਹਾਦਸਾ ਵਾਪਰ ਗਿਆ। ਤਾਂ ਸੰਗਰੂਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਪਰਿਵਾਰ ਆਗਰੇ ਦਾ ਸੀ ਅਤੇ ਵੈਸ਼ਨੋ ਦੇਵੀ ਮਾਤਾ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ। ਤਾਂ 2.5 ਸਾਲ ਦਾ ਇਹ ਬੱਚਾ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ।